ਸਰ ਮੈਂ ਹੁਣ ਬੇਨਤੀ ਕਰਦਾ ਆਮ ਆਦਮੀ ਪਾਰਟੀ ਪੰਜਾਬ ਸੂਬਾ ਦੇ ਪ੍ਰਧਾਨ ਸਰ ਭਗਵੰਤ ਸਿੰਘ ਮਾਨ ਜੀ ਨੂੰ ਕਿ ਉਹ ਆਪਣੇ ਵਿਚਾਰ ਰੱਖਣ। ਸੀਐਮ ਸਾਹਿਬ ਔਰ ਸਾਰੀਆਂ ਪਾਰਟੀਆਂ ਦੇ ਪ੍ਰਧਾਨ ਸਾਹਿਬ ਤੇ ਨੁਮਾਇੰਦੇ ਉਹਨਾਂ ਦੇ ਜਾਖੜ ਸਾਹਿਬ ਨੂੰ ਵੀ ਸੁਣਿਆ। ਉਸ ਤੋਂ ਪਹਿਲਾਂ ਸੈਕਟਰੀ ਸਾਹਿਬ ਨੇ ਸਾਰੀ ਡਿਟੇਲ ਦਿੱਤੀ ਤੇ ਉਸ ਤੋਂ ਬਾਅਦ ਸੁਖਬੀਰ ਬਾਦਲ ਜੀ ਉਹਨਾਂ ਨੇ ਵੀ ਸਾਰੀ ਆਪਣੇ ਵੱਲੋਂ ਕੋਸ਼ਿਸ਼ ਕੀਤੀ ਕਿ ਇਹ ਦੱਸਣ ਦੀ ਕਿ ਸਾਰਾ ਕੁਝ ਫਾਇਦੇ 'ਚ ਹੋ ਰਿਹਾ। ਸੋ ਇਨਡਾਇਰੈਕਟਲੀ ਉਹਨਾਂ ਨੇ ਇਸ ਆਰਡੀਨੈਂਸ ਦੀ ਜਿਹੜੇ ਐਗਰੀਕਲਚਰ ਉਹਨਾਂ ਦੀ ਸਪੋਰਟ ਹੀ ਕੀਤੀ ਹੈ ਔਰ ਕਰਨੀ ਵੀ ਬਣਦੀ ਹੈ ਕਿਉਂਕਿ ਉਹ ਹਿੱਸੇਦਾਰ ਨੇ ਉੱਥੇ। ਤੁਹਾਨੂੰ ਪਤਾ ਹੀ ਹੈ ਪੋਲੀਟੀਕਲੀ ਫਿਰ ਬਹੁਤ ਉੱਥੋਂ ਐਵੇਂ ਅੱਖਾਂ ਦਿਖਾਉਣਗੇ ਕਿ ਉਹਦਾ ਕੋਈ ਫਾਇਦਾ ਨਹੀਂ। ਅਤੇ ਅੱਜ ਮੈਨੂੰ ਇਸ ਗੱਲ ਦਾ ਵੀ ਪਤਾ ਲੱਗ ਗਿਆ ਕਿ ਇੰਨੇ ਜਾਣੇ ਇਕੱਠੇ ਹੋ ਕੇ ਕਿਉਂ ਆਏ ਸੀ, ਕਿਉਂਕਿ ਕੋਈ ਇੱਧਰੋਂ ਫੜਾ ਰਿਹਾ ਕੋਈ ਇੱਧਰੋਂ ਫੜਾ ਰਿਹਾ। ਅਤੇ ਪਹਿਲਾਂ ਹਿਸਟਰੀ ਦੱਸੀ ਅਕਾਲੀ ਦਲ ਦੀ, ਫਿਰ ਪੈਪਸੀ ਵੱਲ ਨੂੰ ਚਲੇ ਗਏ, ਫਿਰ ਤੇਲ ਵੱਲ ਨੂੰ ਚਲੇ ਗਏ, ਜਦਕਿ ਮੁੱਦਾ ਜਿਹੜਾ ਸੀਐਮ ਸਾਹਿਬ ਇੱਕ ਗੱਲ ਨਾਲ ਤੁਸੀਂ ਵੀ ਸਹਿਮਤ ਹੋਵੋਗੇ, ਸੈਕਟਰੀ ਸਾਹਿਬ ਨੇ ਵੀ ਇਹ ਗੱਲ ਕਹੀ ਹੈ ਕਿ ਜਿਹੜੀ ਮੰਡੀ ਫੀਸ ਹੈ ਮੰਡੀਕਰਨ ਬੋਰਡ ਦੀ, ਜਦੋਂ ਪ੍ਰਾਈਵੇਟ ਪਲੇਅਰ ਆ ਗਿਆ, ਜਦੋਂ ਮੇਰੇ ਖੇਤ 'ਚੋਂ ਹੀ ਸਿੱਧਾ ਚੱਕ ਕੇ ਪ੍ਰਾਈਵੇਟ ਪਲੇਅਰ ਲੈ ਗਿਆ, ਤਾਂ ਜਦੋਂ ਮੇਰੀ ਫਸਲ ਮੰਡੀ ਦੇ ਵਿੱਚ ਗਈ ਨਹੀਂ, ਤਾਂ ਫਿਰ ਮੰਡੀ ਫੀਸ ਜਿਹੜੀ ਹੈ ਜਿਹੜੀ ਕਿ ਉੱਥੇ ਤੁਲਦੀ ਹੈ, ਤਾਂ ਉਹ ਫਿਰ ਕਿੱਥੋਂ ਆਊਗੀ ਪੰਜਾਬ ਸਰਕਾਰ ਕੋਲ। ਮੈਂ ਐਗਜ਼ਾਮਪਲ ਦਿੰਦਾ, ਜਿਸ ਵੇਲੇ ਕੋਵਿਡ ਇਸ ਵੇਲੇ ਕਣਕ ਦੀ ਜਿਹੜੀ ਫਸਲ ਆਈ, ਤਾਂ ਮੈਂ ਸੰਗਰੂਰ ਦੀ ਐਗਜ਼ਾਮਪਲ ਦੇ ਦਿੰਦਾ। ਅਸੀਂ ਸੰਗਰੂਰ ਦੇ ਵਿੱਚ ਲਗਭਗ 200 ਦੇ ਲਗਭਗ ਜਿਹੜੇ ਸ਼ੈਲਰ ਸੀ ਉਹਨਾਂ ਨੂੰ ਨੋਟੀਫਾਈ ਕਰਵਾ ਲਿਆ ਮੰਡੀ ਬੋਰਡ ਤੋਂ ਕਿ ਇਹ ਮੰਡੀਆਂ ਨੇ, ਡਾਇਰੈਕਟ ਖੇਤ 'ਚੋਂ ਸਿੱਧਾ ਸ਼ੈਲਰ 'ਚ ਚਲਾ ਗਿਆ ਮਾਲ ਜਿਹੜਾ ਸੀ, ਪਰ ਜਿੰਨਾ ਉੱਥੇ ਤੁਲਿਆ ਉਹਦਾ ਵੀ ਪੈਸਾ ਜਿਹੜਾ ਮੰਡੀਕਰਨ ਬੋਰਡ ਨੂੰ ਗਿਆ। ਸਾਡੇ ਪੰਜਾਬ ਦੇ ਵਿੱਚ 3900 ਕਰੋੜ ਕਿਹਾ, ਲਗਭਗ 4000 ਕਰੋੜ ਰੁਪਇਆ ਮੰਡੀ ਫੀਸ ਇੱਕ ਸਾਲ ਦੀ ਹੈ, ਜਿਹੜੀ ਕਿ ਜਿਹਨੂੰ ਆਪਾਂ ਰੂਰਲ ਡਿਵੈਲਪਮੈਂਟ ਫੰਡ ਦੇ ਵਿੱਚ ਲੱਗਦਾ, ਜਿਹੜੀਆਂ ਸੜਕਾਂ ਬਣਦੀਆਂ ਨੇ, ਬਹੁਤ ਸਾਰਾ ਹੋਰ ਜਿਹੜਾ ਕਿਸਾਨੀ ਨਾਲ ਸੰਬੰਧਿਤ ਕੋਈ ਜਿਹੜੇ ਸੰਦ ਨੇ ਉਹਨਾਂ 'ਤੇ ਸਬਸਿਡੀਆਂ ਦਿੱਤੀਆਂ ਜਾਂਦੀਆਂ ਨੇ। ਪਹਿਲੀ ਗੱਲ ਤਾਂ ਮਾਰ ਉਹ 'ਤੇ ਸਿੱਧੀ ਪਊਗੀ ਜੀ, ਜਦੋਂ ਵੱਡੇ ਪਲੇਅਰ ਆ ਗਏ ਉਹ ਮਾਲ ਇੱਥੋਂ ਚੱਕ ਕੇ ਲੈ ਜਾਣਗੇ, ਸਿੱਧਾ ਉਹਨਾਂ ਦੇ ਸਾਈਲੋ 'ਚ ਜਾਊਗਾ ਜੀ। ਸਾਈਲੋ ਇੱਕ ਬਣ ਚੁੱਕਿਆ, ਸ਼ਾਇਦ ਇਹ ਜਾਂਦੇ ਹੋਣਗੇ, ਜਦੋਂ ਸੁਖਬੀਰ ਜੀ ਮੋਗੇ ਤੋਂ ਫਿਰੋਜ਼ਪੁਰ ਨੂੰ ਜੋ ਜਾਂਦੇ ਨੇ, ਤਾਂ ਡਗਰੂ ਵਾਲਾ ਫਾਟਕ ਲੰਘ ਕੇ ਜਿਹੜਾ ਖੱਬੇ ਪਾਸੇ ਡਾਨੀਆਂ ਦਾ ਸਾਈਲੋ ਹੈ, ਇਸ ਤਰ੍ਹਾਂ ਦੇ 18 ਦੀ ਹੋਰ ਪਲੈਨਿੰਗ ਹੈ ਜੀ। ਠੀਕ ਹੈ ਜੀ, ਉਹ ਸਾਈਲੋ ਬਣਨਗੇ, ਸਿੱਧੇ ਹੀ ਇੱਕ ਦਿਨ 'ਚ 20-25 ਹਜ਼ਾਰ ਤੋਂ ਵੱਧ ਟਰਾਲੀ ਜਿਹੜੀ ਹੈ ਉਹ ਸਿੱਧੀ ਉੱਥੇ ਜਾਊਗੀ, ਉੱਥੋਂ ਟ੍ਰੇਨ ਭਰ ਕੇ ਉਹ ਆਪਣੇ ਹੋਰ ਕਿਤੇ ਗਡਾਊਨਾਂ 'ਚ ਲੈ ਕੇ ਜਾਣਗੇ। ਸੋ ਇਸ ਕਰਕੇ ਸਿੱਧੇ ਹੀ ਆੜ੍ਹਤੀਆ ਮਾਰਿਆ ਜਾਊਗਾ, ਪੱਲੇਦਾਰ ਮਾਰੇ ਜਾਣਗੇ, ਆੜ੍ਹਤੀਆਂ ਨਾਲ ਸੰਬੰਧਿਤ ਮੁਨੀਮ ਮਾਰੇ ਜਾਣਗੇ, ਅਤੇ ਛੋਟਾ ਮਜ਼ਦੂਰ ਮਾਰਿਆ ਜਾਊਗਾ, ਛੋਟਾ ਵਪਾਰੀ ਮਾਰਿਆ ਜਾਊਗਾ ਜੀ। ਨੰਬਰ 2 'ਤੇ ਮੇਰਾ ਇਹ ਸਵਾਲ ਹੈ ਜੀ, ਪੁਆਇੰਟ ਹੈ ਮੇਰਾ ਕਿ ਸਾਡੇ ਕੰਸਟੀਟਿਊਸ਼ਨ ਮੁਤਾਬਕ ਹੈਲਥ, ਐਜੂਕੇਸ਼ਨ ਅਤੇ ਐਗਰੀਕਲਚਰ ਇਹ ਤਿੰਨੋਂ ਸਟੇਟ ਦੇ ਮੈਟਰ ਨੇ ਜੀ। ਸੀਐਮ ਸਾਹਿਬ ਹੈਲਥ ਅਤੇ ਐਜੂਕੇਸ਼ਨ ਤਾਂ ਸਾਥੋਂ ਪਹਿਲਾਂ ਹੀ ਖੋ ਕੇ ਲੈ ਗਿਆ ਸੈਂਟਰ। ਅੱਜ ਜੇ ਅਸੀਂ ਕੋਈ PGI ਬਣਾਉਣਾ ਹੋਵੇ ਤਾਂ ਸਾਨੂੰ ਸੈਂਟਰ ਵੱਲ ਦੇਖਣਾ ਪੈਂਦਾ ਜੀ। ਐਜੂਕੇਸ਼ਨ ਉਹ ਸਾਡੇ ਸਿਲੇਬਸ ਦੇ ਵਿੱਚ ਚੇਂਜਸ ਕਰੀ ਜਾਂਦੇ ਨੇ, ਅਸੀਂ ਸਿਰਫ ਵਿਰੋਧ ਕਰਨ ਜੋਗੇ ਰਹਿ ਜਾਂਦੇ ਹਾਂ। ਰਹਿ ਗਿਆ ਸੀ ਇਕੱਲਾ ਐਗਰੀਕਲਚਰ, ਅਤੇ ਆ ਜਿਹੜੇ ਆਰਡੀਨੈਂਸ ਲੈ ਕੇ ਆਏ ਨੇ ਉਹਦੇ ਰਾਹੀਂ ਐਗਰੀਕਲਚਰ ਵੀ ਸਾਡੇ ਤੋਂ ਖੋ ਰਹੇ ਨੇ। GST ਰਾਹੀਂ ਪਹਿਲਾਂ ਹੀ ਅਸੀਂ ਮਿੰਨਤਾਂ ਕਰਦੇ ਹਾਂ, ਹੋਣਾ ਤਾਂ ਇਹ ਚਾਹੀਦਾ ਸੀ ਕਿ ਅਸੀਂ ਟੈਕਸ ਇਕੱਠਾ ਕਰਦੇ, ਜਿੰਨਾ ਸੈਂਟਰ ਦਾ ਹਿੱਸਾ ਬਣਦਾ ਸੀ ਉਹਨਾਂ ਨੂੰ ਦੇ ਦਿੰਦੇ। ਅਸੀਂ ਉਲਟਾ ਕਰ ਰਹੇ ਹਾਂ, ਟੈਕਸ ਵੀ ਅਸੀਂ ਇਕੱਠਾ ਕਰਕੇ ਦੇ ਰਹੇ ਹਾਂ ਅਤੇ ਬਾਅਦ ਦੇ ਵਿੱਚ ਆਪਣਾ ਟੈਕਸ ਲੈਣ ਵਾਸਤੇ ਮਿੰਨਤਾਂ ਵੀ ਅਸੀਂ ਕਰ ਰਹੇ ਹਾਂ। ਸੋ ਐਗਰੀਕਲਚਰ ਵੀ ਸਾਡੇ ਤੋਂ ਖੋ ਲਿਆ ਜਾ ਰਿਹਾ, ਅਤੇ ਮੈਨੂੰ ਬੜੀ ਖੁਸ਼ੀ ਦੀ ਗੱਲ ਹੈ ਕਿ ਤੁਸੀਂ ਇਸ ਮੁੱਦੇ 'ਤੇ ਅੱਜ ਆਲ ਪਾਰਟੀ ਮੀਟਿੰਗ ਬੁਲਾਈ ਹੈ, ਅਤੇ ਤੁਸੀਂ ਜਿਹੜੀ ਇਨਵੀਟੇਸ਼ਨ ਲੈਟਰ ਹੈ ਉਹਦੇ ਵਿੱਚ ਵੀ ਇਹ ਲਿਖਿਆ ਕਿ ਇਹਨਾਂ ਦਾ ਪੰਜਾਬ ਦੇ ਕਿਸਾਨਾਂ 'ਤੇ ਕੀ ਅਸਰ ਪਊ, ਮਾਰੂ ਪ੍ਰਭਾਵ ਪਊਗਾ ਉਹਦੇ ਉਸ ਟੋਪਿਕ 'ਤੇ ਹੈ। ਮੈਂ ਕੋਈ ਹੋਰ ਗੱਲ ਨਹੀਂ ਕਰਦਾ। ਦੇਖੋ MSP ਇਹ ਨਹੀਂ ਕਹਿੰਦਾ ਜਿਸ ਤਰ੍ਹਾਂ ਸੁਖਬੀਰ ਜੀ ਕਹਿੰਦੇ ਸੀ ਕਿੱਥੇ ਲਿਖਿਆ ਹੋਇਆ ਕਿ MSP ਖਤਮ ਹੋ ਜੂਗੀ। ਸਰ ਅਸੀਂ ਕਦੋਂ ਕਹਿੰਦੇ ਹਾਂ ਕਿ MSP ਖਤਮ ਕਰਨ ਵਾਸਤੇ ਲਿਖਿਆ ਹੋਇਆ? ਸੁਖਬੀਰ ਜੀ ਜਿਹੜੀ ਸੁਨੀਲ ਜਾਖੜ ਜੀ ਨੇ ਵੀਡੀਓ ਦਿਖਾਈ ਸੀ, MSP ਤਾਂ ਮੱਕੀ 'ਤੇ ਵੀ ਹੈ,
जदों एमएस मक्की का रेट 1750 रुपये है एमएसपी बता, सरकार खरीदती नहीं तो जिहड़ा प्राइवेट प्लेयर है कोई 1000 कोई 700 कोई लगती लाउंदा है। सो बिल्कुल एक दो ही स्टेटा ने कंट्री दे विच जिन्हां कोले एमएसपी है क्योंकि उन्होंने प्रक्योरमेंट का बहुत वधिया प्रबंध किया। पंजाब ते हरियाणा ईवन मध्य प्रदेश तो यूपी तो भी जिहड़ा झोना बेचण हरियाणा जां पंजाब च आउंदे आ अज भी पंजाब ते हरियाणा तो बिना सारे कंट्री च जिहड़ा कणक है वह एमएसपी दे रेट तो 400 रुपये थले बिक रही है। जिथों तक ऑर्डिनेंस का सवाल है सर, तुसीं तां भाईवाल हो बीजेपी वाले भी सुन रहे हैं सर, एड्डी कि एमरजेंसी लगी हुई सी कि ऑर्डिनेंस लैके आ रहे पे ने, ऑर्डिनेंस तो एमरजेंसी चाहते ने, एड्डी कि एग्रेरियन एमरजेंसी आ गई सी कि एकदम तुहानू ये जिहड़े ऑर्डिनेंस लैके आने पै गए। कृपा करके तुसी बेनती करके पार्लीमेंट बुला लो, नेपाल की पार्लीमेंट चल रही है तो साड़ी पार्लीमेंट नहीं चल रही। एक कोविड के मोढ़े ते रख के कोरोना के मोढ़े ते रख के बड़े उद्योगपतियों नूं जिहड़ा ये फायदा पहुँचाया जा रहा है आम आदमी पार्टी का सख्त विरोध करती है। तो जिहड़े हो सकता है जिस तरह सुखबीर जी ने कहा कि जो प्राइवेट प्लेयर आउणगे तां किसान नूं फायदा हो जूगा कि मैं तो इहनू बेचूंगा, सर हो सकता है एक दो साल किसानां नूं एमएसपी तो भी वध 100 रुपये क्विंटल शायद वध भा मिल जाए। वह कारण की है, साढ़े इतने 8.5 रुपये 8.5% जिहड़ा वह टैक्स पै रहा इस वक्त मंडी बोर्ड का, मंडी बोर्ड की फीस है, आड़त की फीस है वह ला पा के, जबकि प्राइवेट प्लेयर नूं 1% दे रहे हैं, उन्होंने 7.5% बच रहा है। 7.5% जो बच गया जो पूरे का पूरे 7.5% भी दे देंगे किसानों नूं तां 100 तो 150 रुपये क्विंटल बन जू जी, तो किसान खुश हो जूगा क्या तो कमाल होगी जी साडा तां पहलां नालों वध विकण लग गया। सुखबीर बादल जी अपने भाषण च कहण लग जाणगे कि देखो किसानां दे हितैश दे हक दे विच फैसला कराया, पर जिस वेले 2 सालां बाद सारा मंडी सिस्टम ही फलॉप हो गया, उन्होंने कंपीटीटर ही फलॉप हो गए, फिर सारा वो अपने गजा ना मिलणगे, फिर अपनी मनमर्जियां करनगे बिल्कुल उवें जिवें जियो बिल्कुल फ्री, नैट भी फ्री, उह जो इन्ने GB फ्री लोगों ने लै ले, जदों उन्होंने गाहक बन गए वह कहिंदे हुण आ जाओ लिओ जी इन्ने पैसे लगनगे इन्ने लगनगे, बिल्कुल सेम किसान नाल होगा जिवें जिवें इस तो पहला होर वड्डियां कंपनियां वड्डे प्लेयर ऐसे तरह करते होंगे ने। ते बाकी मैं एक कहना चाहना कि वादा किया स्वामीनाथन दी रिपोर्टा लागू करन दा, वादा तो यह किया स्वामीनाथन दी रिपोर्टा लागू करांगे, ये बीजेपी के मैनीफेस्टो च है, पार्लीमेंट के विच भी मैं उठाया सी, ते वादा किया मैनीफेस्टो के विच स्वामीनाथन दी रिपोर्टा लागू करन दा, पर रिपोर्टा लागू करतियां शांता कुमार कमेटी दियां। सो स्वामीनाथन तो शांता कुमार तक जिहड़ा सफर है ना ये बहुत मारू है पंजाब के किसान लिए, जिहड़ा कि पहली मरिया पे ऑलरेडी पंजाब का किसान। सीएम साहब जदों मैं पार्लीमेंट च कितें पंजाब के किसानों की खुदकुशी का मुद्दा उठाउणा तो तमिलनाडु के महाराष्ट्र के उड़ीसा के किसान जिहड़े MP ने वो इस गल ते यकीन नहीं करते कि क्या पंजाब का किसान भी आत्महत्या करता है, हमें तो ये लगता है कि पंजाब का किसान बहुत खुशहाल है वो तो नाचता गाता रहता है। मैं कहा नहीं सर, जो अंदरले हालात ने वो माड़े ने, हुण होर भी माड़े करन लगे ने। नंबर ये हुण जी कलस्टर बन गए सर, आ जिहड़ी कॉन्ट्रैक्ट फार्मिंग है कलस्टर बन गए, 40,000 to 50,000 एकड़ के कलस्टर बन जाएंगे, फर्ज कर लो मेरे भी 35 किले मेरे भी आ गए बिच, तो मैनू कहा जाऊगा आ लो जी एग्रीमेंट करो साढ़े नाल, इत्थे साइन करो लीज ते गवर्नमेंट ने आ ठेका तुहाडा निर्धारित किया है, हर वर्ष हर साल इन्ने % वध जा करूगा, तो जे तुसी इत्थे दिहाड़ी करनी चाहुंदे हो तो आ जा करो वरना सानू तंग ना करियो। आ होने वाला वो जिहड़ा पुराना कल्चर मुजाहरा कल्चर वह दुबारे आऊगा जी। तो इन्होंने कहा सुखबीर जी ने कहा असीं मंत्री साहब नाल गल की, इमीजिएटली मंत्री साहब नूं चंडीगढ़ बुलाया गया, नरेंद्र तोमर जी कहिंदे MSP नहीं जाऊगी कितें MSP रहूगी, ते उस तो 3-4 दिन बाद इन्हां दे मंत्री साहब नितिन गडकरी जी कहिंदे देश की इकोनमी ते सब तो वड्डा बोझ सब तो घातक देश की इकोनमी वास्ते वो MSP है। फिर सर हुण इह दसो कि जां तां नितिन गडकरी जी किसी होर पार्टी के ने जां फिर तोमर साहब किसी होर पार्टी के ने,
ਸੋ ਇਸ ਕਰਕੇ ਮੈਨੂੰ ਅੱਜ ਸੁਖਵੀਰ ਜੀ ਦੀਆਂ ਗੱਲਾਂ ਤੋਂ ਲੱਗਿਆ ਕਿ ਉਹ ਆਪਣਾ ਟਾਈਮ ਪੂਰਾ ਕਰਨਾ ਚਾਹੁੰਦੇ ਸੀ, ਤਾਂ ਹੀ ਉਹ ਕਹਿੰਦੇ ਸੀ ਕਿ ਮੈਨੂੰ ਆਖਰ 'ਚ ਟਾਈਮ ਦਿਓ ਤਾਂ ਕਿ ਮੈਂ ਜੇ ਕਿਸੇ ਨੇ ਕੁਛ ਹੋਰ ਬੋਲਿਆ ਮੈਂ ਕਿਤੇ ਹੋਰ ਨਾ ਪਹਿਲਾਂ ਨਾ ਕੁਛ ਕਹਿ ਜਾਂ। ਸੋ ਕਿਰਪਾ ਕਰਕੇ ਸੁਖਵੀਰ ਜੀ, ਰਾਜਾਂ ਦੇ ਵੱਧ ਅਧਿਕਾਰਾਂ ਦੀ ਗੱਲ ਕਰਨ ਵਾਲੀ ਪਾਰਟੀ ਅੱਜ ਰਾਜਾਂ ਦੇ ਅਧਿਕਾਰ ਖੋਣ ਦੇ ਹੱਕ 'ਚ ਕਿਉਂ ਹੋਈ ਖੜੀ ਹੈ, ਇਹ ਗੱਲ ਤੁਹਾਨੂੰ ਸਪਸ਼ਟ ਕਰਨੀ ਪਊਗੀ। ਹਜੇ ਤੱਕ ਤੁਸੀਂ ਸਪਸ਼ਟ ਨਹੀਂ ਕੀਤੀ। ਤੁਸੀਂ ਹਰ ਗੱਲ 'ਚ ਕਿਹਾ ਇਹ 'ਚ ਕਿਸਾਨਾਂ ਦਾ ਫਾਇਦਾ, ਇਹ 'ਚ ਕਿਸਾਨਾਂ ਦਾ ਫਾਇਦਾ ਹੈ। ਜੇ ਕਿਸਾਨਾਂ ਦਾ ਫਾਇਦਾ ਹੁੰਦਾ ਹੋਇਆ ਤਾਂ ਹੋਵੇ ਤਾਂ ਇੰਨੀਆਂ ਕਿਸਾਨ ਜਥੇਬੰਦੀਆਂ ਜਿਹੜੀਆਂ ਉਹ ਸੜਕਾਂ 'ਤੇ ਕਿਉਂ ਬੈਠੀਆਂ ਨੇ? ਉਹਨਾਂ ਨੂੰ ਪਤਾ ਨਹੀਂ ਜਿਹੜੇ ਕਿਸਾਨ ਕਿਸਾਨਾਂ ਦੇ ਲੀਡਰ ਨੇ ਉਹਨਾਂ ਨੂੰ ਪਤਾ ਨਹੀਂ ਕਿ ਕਿਹਦਾ ਫਾਇਦਾ ਹੋਣ ਵਾਲਾ? ਨਹੀਂ, ਉਹਨਾਂ ਨੂੰ ਇਹ ਪਤਾ ਕਿ ਇਹ ਕੰਨ ਮਰੋੜ ਕੇ ਦੂਜੀ ਬਾਂਹ ਨਾਲ, ਇਹ ਜਿਹੜਾ ਬਾਂਹ ਮਰੋੜ ਕੇ ਇਹ ਜਿਹੜੀ ਡਾਕਾ ਮਾਰਿਆ ਜਾ ਰਿਹਾ। ਅਤੇ ਇਸ ਤੋਂ ਬਾਅਦ ਮੈਂ ਕਹਿਣਾ ਚਾਹੁੰਦਾ ਕਿ ਸਰ ਜਿਸ ਤਰ੍ਹਾਂ ਤੁਸੀਂ ਪਾਣੀ ਦੇ ਮੁੱਦੇ 'ਤੇ ਸਪੈਸ਼ਲ ਸੈਸ਼ਨ ਬੁਲਾ ਕੇ ਪ੍ਰਸਤਾਵ ਪਾਸ ਕੀਤਾ ਸੀ, ਤੁਸੀਂ NRC ਦੇ ਮੁੱਦੇ 'ਤੇ ਸਪੈਸ਼ਲ ਸੈਸ਼ਨ ਵਿਧਾਨ ਸਭਾ ਦਾ ਬੁਲਾ ਕੇ ਪ੍ਰਸਤਾਵ ਪਾਸ ਕੀਤਾ ਸੀ ਉਹਦੇ ਵਿਰੁੱਧ, ਬਿਲਕੁਲ ਇਸੇ ਤਰ੍ਹਾਂ ਮੈਂ ਮੰਗ ਕਰੂੰਗਾ ਆਮ ਆਦਮੀ ਪਾਰਟੀ ਵੱਲੋਂ ਕਿ ਇਸ ਆਰਡੀਨੈਂਸ ਦੇ ਵਿਰੁੱਧ ਸਪੈਸ਼ਲ ਸੈਸ਼ਨ ਬੁਲਾ ਕੇ ਪ੍ਰਸਤਾਵ ਪਾਸ ਕਰੋ ਕਿ ਕਿਉਂਕਿ ਪੰਜਾਬ ਤੋਂ ਸਰ ਕੰਮ ਲੈ ਕੇ ਨਿੰਬੂ ਵਾਂਗੂ ਨਿਚੋੜ ਕੇ ਹੁਣ ਪੰਜਾਬ ਨੂੰ ਸੁੱਟਣ ਲੱਗੇ ਨੇ ਆਲਰੇਡੀ। ਦੇਖੋ ਜਿਸ ਵੇਲੇ ਹਰੀ ਕ੍ਰਾਂਤੀ ਆਈ, ਹਰੀ ਕ੍ਰਾਂਤੀ ਨੇ ਜਦੋਂ ਸਾਡਾ ਮੁਲਕ ਬਾਹਰਲੇ ਮੁਲਕਾਂ ਤੋਂ ਅਮਰੀਕਾ ਤੋਂ ਕਣਕ ਮੰਗਾਉਂਦਾ ਸੀ ਸਰ, ਉਸ ਵੇਲੇ ਹਰੀ ਕ੍ਰਾਂਤੀ ਰਾਹੀਂ ਪੰਜਾਬ ਦੇ ਕਿਸਾਨ ਨੇ ਮਿੱਟੀ ਨਾ ਮਿੱਟੀ ਹੋ ਕੇ ਪੂਰੇ ਦੇਸ਼ ਦੇ ਭੰਡਾਰ ਭਰਤੇ ਜੀ ਅਨਾਜ ਦੇ, ਠੀਕ ਹੈ ਜੀ। ਅੱਜ ਸਾਨੂੰ ਕਹਿੰਦੇ ਸਾਨੂੰ ਕੋਈ ਤੁਹਾਡੀ ਕਣਕ ਦੀ ਲੋੜ ਨਹੀਂ, ਸਾਨੂੰ ਕੋਈ ਤੁਹਾਡੇ ਝੋਨੇ ਦੀ ਲੋੜ ਨਹੀਂ। ਮਤਲਬ ਪੰਜਾਬੀ 'ਚ ਕਹਿੰਦੇ ਆ ਕਿ ਕੰਮ ਲੈ ਕੇ ਵਾਹੀ ਦਾ ਅਤੇ ਮੌਲੇ ਵਲਦ ਵਾਂਗੂ ਪੰਜਾਬ ਨੂੰ ਹੁਣ ਲਾਵਾਰਸ ਛੱਡਣ ਲੱਗੇ ਨੇ। ਇਸ ਤਰ੍ਹਾਂ ਨਹੀਂ ਹੋਣ ਦਿੱਤਾ ਜਾਊਗਾ ਔਰ ਨਹੀਂ ਹੋਣ ਦਿੱਤਾ ਜਾਣਾ ਚਾਹੀਦਾ ਜਿਹੜੇ ਪੰਜਾਬ ਨੂੰ ਅਸਲੀ ਪਿਆਰ ਕਰਦੇ ਆ। ਸੋ ਮੈਂ ਤਾਂ ਇਹ ਕਹਿਣਾ ਕਿ ਹੁਣ ਆਊਗੀ ਰਿਲਾਇੰਸ ਐਗਰੋ, ਅੰਡਾਨੀ ਐਗਰੋਜ਼ ਆਉਣਗੇ, ਵੱਡੇ ਆਉਣਗੇ ਅਤੇ ਉਹ ਸਾਰਾ ਕੁਛ ਲੁੱਟ ਕੇ ਜਿਹੜਾ ਉਹ ਪੰਜਾਬ 'ਚੋਂ ਲੈ ਜਾਣਗੇ। ਹੁਣ ਮੈਂ ਜਿਹੜਾ ਸਭ ਤੋਂ ਜਿਹੜੀ ਇਹਦਾ ਨਾਂ ਰੱਖਿਆ ਸ਼ਕਤੀਕਰਨ ਅਤੇ ਸੁਰੱਖਿਆ, ਕਿਹਨੂੰ ਸ਼ਕਤੀ ਮਿਲੂਗੀ ਇਹਦੇ ਨਾਲ ਅਤੇ ਕਿਹਦੀ ਸੁਰੱਖਿਆ ਹੋਊਗੀ? ਸਰ ਵੱਡੇ ਉਦਯੋਗਪਤੀਆਂ ਦਾ ਸ਼ਕਤੀਕਰਨ ਅਤੇ ਉਹਨਾਂ ਦੀ ਸੁਰੱਖਿਆ। ਅਤੇ ਮੈਂ ਤਾਂ ਜਿਸ ਤਰ੍ਹਾਂ ਇਹ ਕਹਿੰਦੇ ਸੀ ਈ ਟ੍ਰੇਡਿੰਗ, ਸੁਖਬੀਰ ਜੀ ਕਿੰਨੇ ਕੁ ਪ੍ਰਸੈਂਟ ਨੇ ਕਿਸਾਨ ਜਿਹੜੇ ਈ ਟ੍ਰੇਡਿੰਗ ਕਰਨਾ ਜਾਣਦੇ ਨੇ? ਉਹ ਤਾਂ ਵਿਚਾਰੇ ਮੰਡੀ 'ਚ ਵੀ ਜ਼ਮੀਨ ਆਪਣਾ ਫਸਲ ਵੇਚਣਾ ਨਹੀਂ ਜਾਣਦੇ ਵੀ ਕੀ ਹੋਇਆ, ਕਿੰਨੇ ਦੀ ਲੱਗ ਗਈ, ਕਿੰਨੇ ਕੁਇੰਟਲ ਹੈ, ਠੀਕ ਹੈ। ਸੋ ਕਿਰਪਾ ਕਰਕੇ ਇਹ ਈ ਟ੍ਰੇਡਿੰਗ ਉਹ ਛੱਡ ਕੇ ਤੁਸੀਂ ਪੰਜਾਬ ਦੇ ਹਿੱਤਾਂ ਦੀ ਰੱਖਿਆ ਕਰਨ ਵਾਲੀ ਪਾਰਟੀ ਹੈ, ਮੈਂ ਮੰਨਦਾ ਮੋਰਚੇ ਲਾਉਣ ਵਾਲੀ ਪਾਰਟੀ ਹੈ, ਸ਼ਹੀਦਾਂ ਦੀ ਤੁਸੀਂ ਪਾਰਟੀ ਨੂੰ ਕਿਹਾ ਔਰ ਮੋਰਚੇ ਲਾਉਂਦੀ ਵੀ ਰਹੀ ਅਕਾਲੀ ਦਲ। ਐਸੀ ਜਮਾਤ ਹੈ ਜਿਹੜੀ ਖੜਦੀ ਸੀ, ਪਤਾ ਨਹੀਂ ਕਿਉਂ ਕੀ ਹੋ ਗਿਆ ਹੁਣ ਕਿ ਤੁਸੀਂ ਅਚਾਨਕ ਜਿਹੜਾ ਉਹ ਸੈਂਟਰ ਸਰਕਾਰ ਦੇ ਹਰ ਫੈਸਲੇ 'ਤੇ ਤੁਸੀਂ ਮੋਹਰ ਲਾਉਣ ਲੱਗ ਗਏ ਔਰ ਸਭ ਤੋਂ ਜਿਹੜੀ ਮਾੜੀ ਗੱਲ ਹੈ ਉਹ ਤੁਸੀਂ ਇੱਕ ਤਾਂ ਇਹ ਹੈ ਤੁਸੀਂ ਆਪ ਵੀ ਨਹੀਂ ਪੜ੍ਹਦੇ ਸ਼ਾਇਦ। ਤੁਸੀਂ ਇਹਨੂੰ ਕਿਹਾ ਵੀ ਆਲ ਪਾਰਟੀ ਮੀਟਿੰਗ ਇਹ ਕਿਵੇਂ ਹੈ ਜੀ, ਹੋਰ ਵੀ MLA ਸੀ ਅਤੇ ਸਰ ਚਾਈਨਾ ਦੇ ਮੁੱਦੇ 'ਤੇ ਆ ਜਿਹੜੀ 4-5 ਦਿਨ ਪਹਿਲਾਂ ਆਲ ਪਾਰਟੀ ਮੀਟਿੰਗ ਬੁਲਾਈ ਹੈ ਉਹਦੇ 'ਚ ਅਸੀਂ ਕਿਉਂ ਨਹੀਂ ਸੀ? ਫਿਰ ਤੁਸੀਂ ਕਿਉਂ ਸੀ? ਤੁਹਾਡੇ ਕਿੰਨੇ MP ਨੇ, ਸਾਡੇ ਕਿੰਨੇ MP? ਤੁਹਾਡੇ 2 ਨੇ, ਸਾਡੇ ਮੈਂ 1 ਹਾਂ ਲੋਕ ਸਭਾ 'ਚ। ਤੁਹਾਡੇ ਵੀ ਉੱਧਰ ਵੀ ਓਨੇ ਹੀ ਨੇ, ਇੱਧਰ ਵੀ ਇੰਨੇ ਨੇ, ਸੋ ਆਲ ਪਾਰਟੀ ਮੀਟਿੰਗ ਦੇ ਵਿੱਚ ਉੱਥੇ ਕਿਉਂ ਨਹੀਂ ਬੁਲਾਇਆ ਜਾਂਦਾ? ਫਿਰ ਉਹਨੂੰ ਵੀ ਆਲ ਪ੍ਰਮੀਨੈਂਟ ਲੀਡਰਸ ਪਾਰਟੀ ਦਾ ਨਾਮ ਦਿੱਤਾ ਜਾਂਦਾ। ਸੋ ਇਸ ਕਰਕੇ ਦਿੱਲੀ ਕੁਛ ਹੋਰ ਬੋਲਣਾ, ਆ ਕੇ ਪੰਜਾਬ ਕੁਛ ਹੋਰ ਬੋਲਣਾ, ਇਹ ਹੁਣ ਨਹੀਂ ਚੱਲੂਗਾ ਸਰ। NRC ਦੇ ਤੁਸੀਂ ਉੱਥੇ ਹੱਕ 'ਚ ਵੋਟਾਂ ਪਾ ਕੇ ਆਏ, NRC ਦੇ ਉੱਥੇ ਹੱਕ 'ਚ ਵੋਟਾਂ ਪਾਈਆਂ 2 ਦੀਆਂ 2, ਕਿਉਂਕਿ ਸਕਰੀਨ 'ਤੇ ਆ ਜਾਂਦੀਆਂ ਸਰ ਉੱਥੇ ਕਿ ਕਿੰਨੇ ਨੰਬਰ ਜਿਹੜੀ ਸੀਟ ਨੇ ਗ੍ਰੀਨ ਬਟਨ ਦੱਬਿਆ, ਅਤੇ NRC ਦੇ ਹੱਕ 'ਚ ਵੋਟਾਂ ਆਏ ਪਾ ਕੇ 3 ਦਿਨਾਂ ਬਾਅਦ ਇੱਥੇ ਆ ਕੇ ਤੁਸੀਂ NRC ਦੇ ਵਿਰੁੱਧ ਬੋਲਣ ਲੱਗ ਗਏ। ਸਰ ਅੱਜ ਕੱਲ੍ਹ ਇਨਫੋਰਮੇਸ਼ਨ ਦਾ ਜ਼ਮਾਨਾ ਹੈ, ਪਹਿਲਾਂ ਵਾਲਾ ਜ਼ਮਾਨਾ ਨਹੀਂ ਹੈਗਾ ਕਿ ਬਾਦਲ ਸਾਹਿਬ ਬਰਨਾਲੇ ਕੁਝ ਹੋਰ ਕਹਿ ਗਏ ਅਤੇ ਸੰਗਰੂਰ ਕੁਝ ਹੋਰ ਕਹਿ ਗਏ, ਅਤੇ ਸੰਗਰੂਰ ਵਾਲਿਆਂ ਨੂੰ ਵੀ ਨਹੀਂ ਪਤਾ ਲੱਗਿਆ ਬਰਨਾਲੇ ਕੀ ਕਹਿ ਗਏ, ਬਰਨਾਲੇ ਵਾਲਿਆਂ ਨੂੰ ਪਤਾ ਲੱਗਿਆ ਸੰਗਰੂਰ ਕੀ ਕਹਿ ਗਏ। ਸੋ ਪੰਜਾਬ ਦਾ ਕਿਸਾਨ ਜਿਹੜਾ ਉਹ ਪਹਿਲਾਂ ਹੀ ਆਤਮ ਹੱਤਿਆ ਕਰੀ ਜਾਂਦਾ, ਆਪਣੇ ਗੁਰਦੇ ਵੇਚ ਵੇਚ ਕੇ ਆਪਣੀਆਂ ਧੀਆਂ ਦੇ ਵਿਆਹ ਕਰ ਰਿਹਾ ਕਿਸਾਨ। ਅੱਜ ਕਿਸਾਨ ਜਿਹੜਾ, ਤੁਸੀਂ ਟਰੈਕਟਰਾਂ ਦੀ ਮੰਡੀ ਲੱਗਦੀ ਹੈ ਸਰ, ਹਰ ਕਿਤੇ 5 ਤਰੀਕ ਨੂੰ ਕਿਤੇ 9 ਤਰੀਕ ਨੂੰ ਬਿਲਕੁਲ ਨਵੇਂ ਟਰੈਕਟਰ ਵਿਕਣ ਆਉਂਦੇ ਨੇ। ਸੁਖਬੀਰ ਜੀ ਸ਼ਾਇਦ ਤੁਸੀਂ ਕਦੇ ਲੰਘਦੇ ਹੋਵੋਗੇ, ਮੋਗੇ ਦੀ ਮੰਡੀ ਸਭ ਤੋਂ ਵੱਡੀ ਮੰਨੀ ਜਾਂਦੀ ਹੈ। ਉਹ ਮੰਡੀ ਦੇ ਵਿੱਚ ਕਿਸਾਨ ਟਰੈਕਟਰ ਨਹੀਂ ਵੇਚਣ ਆਉਂਦਾ,
किसान खुद बेचण आउंदा जी, क्योंकि नवा ट्रैक्टर क्यों बेचना लोड़ पै रहा, क्योंकि करजा चढ़ गया, आड़तिया करजा नहीं दिंदा, धी का विआह आ गया। इको तरीका जमीन के नंबर दे के नवा ट्रैक्टर ले लो 8-10 लाख का, तो 2 दिन बाद 4 दिन बाद मंडी दे विच उन्हूं 1-1.5 लाख रुपया घट मुल ते नगद बेच दो, देखी जाऊगी किश्त भरांगे। एक पास तो आ हालात ने, तो दूजे पास तुसीं अंबानिया अंडानिया नूं जिहड़ी खेती है उन्होंने हाथ देण नूं तुसीं कहिंदे हो किसानी का फायदा है। सो कृपा करके अपना स्टैंड स्पष्ट करो। इस तों बाद बीजेपी बोलूगी, मैं उन्हां तों ज्यादा उम्मीद करदा क्योंकि वह वड्डे भाई भागीदार ने, क्योंकि बीजेपी जिहड़ी है तां देश दे विच रूल कर रही है और भारी मैंडेट नाल रूल कर रही है। सो मैं यही कहना चाहूंगा कि जिहड़ी MSP है वह खत्म नहीं कर रहे, उन्हूं खत्म करन दे राह ते चल पे। जदों कोई खरीददार ही ना रहा जी, फिर मोनोपली हो गई, जदों फिर तो जी जिन्ने की मर्जी खरीदे जी ओदे कोले किसान कोले कोई ऑप्शन है नहीं। और कोई केड़ा किसान है भुच्चो मंडी का, केड़ा किसान है रामपुरा फूल का, केड़ा किसान है सुनाम का या धूरी का जिहड़ा अपनी फसल गुजरात या मध्य प्रदेश ले जाके बेच दे। सो ये अच्छा जिहड़ा कहने हो तुसीं कि पूरे मुल्क च किसान जिथे मर्जी बेच सकदा, नवा रूल है वन नेशन वन मंडी। सर 1977 दे विच चौधरी चरण सिंह दी सरकार जदों 1977 दे विच एमरजेंसी तों बाद सरकार बनी सी, उन्हां ने पहले ही यह रूल लागू किया सी कि किसान जिथे मर्जी बेच सकदा, पर किहड़ा किसान है जिहड़ा मतलब अपने रेंज तो बाहर बेच सकदा। यह मंडियां ही सी जिन्हां करके उन्हूं थोड़ी सेफ्टी सी कि हाँ मैं मंडी च लैके जाऊंगा, मेरा मंडीकरण बोर्ड मेरी सेफ्टी है, मेरी ढाल बनू। वह ढाल तुसीं खत्म करन लगे हो, तो मैं पुरजोर तरीके नाल इस जिहड़े जिहड़ी तानाशाही एक्ट ने जिहड़े इस तरह के ऑर्डिनेंस जिहड़े ने वह क्यों लियांदे जा रहे हैं, जबकि अगले महीने कहिंदे आ कैप्टन साहब भी कहिंदे सी कि शायद पार्लीमेंट चला लैन। पार्लीमेंट च आउंदा बिल सर विरोध असी भी करते, आपदा पक्ष असी भी रखते, हो सकता है इन स्टैंडिंग कमेटी नूं भेज दिता जाता, हो सकता है राज्यसभा च यह पास ना होंदा। सो इस तरह बहुत सारे इस तरह के बिल ने, पहला लैंड एक्विजिशन का जिहड़ा बिल सीगा वह भी तो इदां ही होया सी, जे उहदा भी ऑर्डिनेंस आ जाता सर वह भी पास हो जाता। सो इस करके देश जिहड़ा वह तानाशाही तरीके नाल चल रहा है, ठीक है ना। सो कोविड बारे असी जदों ऑल पार्टी मीटिंग कीती सी सर, तां असी उदों भी कहा सी कि असी तुहाडे नाल आ। मैं खुद अपने MPLAD चों 21 लाख रुपए जिहड़े मास्क, 3000 ऑक्सीजन सिलेंडर ते बाकी जिहड़े होर जिहड़े इक्यूपमेंट्स ने कोविड नाल रिलेटड उहदे वास्ते मेरे कोल पुराने MPLAD दे पैसे पए सी, अगले तां बंद कर रखे ने। सो मैं संगरूर वास्ते दिते ने, सो क्योंकि जान है तो जहान है। सो स्पैशल सैशन बुलाओ सर, ते इहनू पूरी तरह नाल इहना एक्ट नू पंजाब दे विच ना बढ़न दिओ, क्योंकि जे पंजाब दे विच आ गया तां शायद आउण वालियां पीढ़ियां जिहड़ियां ने उह आपां नू इह सवाल पुछणगियां कि ऑल पार्टी मीटिंग उदों सिर्फ तुसीं इक दूजे नाल गल्लां करन लई जां चर्चा करन लई कीती सी जां कोई फैसला भी लिया। मेरे ख्याल च जे इस मामले च आम आदमी पार्टी नूं भी जाना पवे, तुसीं जे जाओ असीं जाके पार्लीमेंट दे विच जाके जां पार्लीमेंट दे मूहरे जाके जां खेती मंत्री दे अगे जाके जां प्रधानमंत्री दे घर दे मूहरे जाके जे कोई मेमोरेंडम देना है तां आम आदमी पार्टी सब तों पहलां साइन करन वाले च होगी। कृपा करके नाल आउट ऑफ द कंटेस्ट इक हैगा जी, इक सर बिजली दे बिल लोकां दे इन्ने ज़्यादा आ गए कि वह कहिंदे भी इनकम है नहीं तो बिल आ गए, तो बाकी पेट्रोल डीजल बारे तो सारिया पार्टियां सहमति ने कि मतलब शायद अज किसी होर रेट पर कल किसी होर रेट पर वास्ते भी अपन ऑल पार्टी मीटिंग दे विच प्रस्ताव पास करना चाहिए कि आप विरोध करिए। बाकी जे किसी भी शान के खिलाफ कुछ लफज कोई बोलिया गया हो तो माफ़ी चाहते हैं। और ये तानाशाही एक्ट जिहड़े आ रहे हैं मुल्क च उन्हां दा विरोध करदे आ, कि चुने हुए नुमाइंदे दे तौर ते यही मंग करदे आ पार्लीमेंट बुलाई जावे, उत्थे पास करा लो, उत्थे डिस्कशन तां होवे ना। इत्थे तां हुण सीधा मतलब साडे ते थपदे ने, सानू पुछदे नहीं, सानू दसदे ने
क्या एक्ट आ गया जी, आज कहा एक्ट आ गया जी, लागू कर दियो जी, हुण इहदे नाल ऐ होजूगा जी, इहदे नाल ऐ होजूगा। सो यह वड्डे घराणियां नूं फायदा पहुंचाउण वाला एक्ट है जी, ते जे किते इदां हो गया तां छोटा किसान, छोटा व्यापारी, शैलर मालक, ट्रांसपोर्टर, मजदूर, पल्लेदार, यह सारे जिहड़े ने उहनां दे चुल्हे जिहड़े ने उहनां चों अग बुझूगी। सो कैप्टन साहब तुहानूं लोक सदियां तक इस गल याद रखणगे कि तुसी एक एडा तुसी डिसीजन मेकर हो, तुसी एक फौज दे कैप्टन रहे हो, तुसी बहुत वड्डियां वड्डियां लड़ाइयां लड़ियां ने, और फौज दे विच लड़ाई दे विच कई वारी बिल्कुल मौके ते डिसीजन लेने पैंदे ने, पर इहदे वास्ते अपने कोले काफी मौका हैगा, ते डिसीजन लो ते पंजाब दे हक दे विच खड़ो, असीं तुहाडे नाल खड़ांगे। बहुत बहुत मेहरबानी। धन्यवाद मान साहब, थैंक यू।